ਪਤਨੇ ਸਾਡੇ ਦੇ ਚਾਰ ਕਰੀਬ ਨੇ ਫੋਨ ਕੀਤਾ ਤੇ ਕਹਿੰਦਾ ਮਾਂ ਵੀਡੀਓ ਕਾਲ ਕੀਤੀ ਲੰਮੇ ਪਏ ਨੇ ਮਾਂ ਠੀਕ ਆ ਤੂੰ ਠੀਕ ਨਹੀਂ ਰਹਿੰਦੀ ਮੈਂ ਠੀਕ ਆ ਮੈਂ ਤੂੰ ਕਦੋਂ ਆਉਣਾ ਡੇਢ ਮਹੀਨੇ ਨੂੰ ਆ ਜਾਣਾ ਮੈਂ ਮਾਂ ਹੱਸ ਕੇ ਕਹਿੰਦਾ ਉਹ ਤੇ ਸਿਰ ਤੇ ਬੜਾ ਵੱਡਾ ਜੂੜਾ ਕੀਤਾ ਮਾਂ ਵਨ ਸਮੰਨੇ ਤੇਲ ਲਾਉਣਾ ਮੇਰਾ ਪੁੱਤ ਮੈਂ ਕਿਹਾ ਚੰਗਾ ਸੌਣਾ ਫਿਰ ਚੰਗਾ ਮੇਰੇ ਮੂੰਹ ਚ ਰਹਿ ਗਿਆ ਰੇ ਹੱਥੋਂ ਕਿਸੇ ਨੇ ਫੋਨ ਖੋਇਆ ਮੈਂ ਕਿਹਾ ਕਿਸੇ ਮੁੰਡੇ ਨੇ ਸ਼ੈਤਾਨੀ ਨਾਲ ਕੀਤੀ ਆ ਮੈਂ ਨਹੀਂ ਧਿਆਨ ਦਿੱਤਾ ਹੁਣ ਮੈਨੂੰ ਪਤਾ ਲੱਗ ਗਿਆ ਮੇਰੇ ਪੁੱਤ ਨੂੰ ਖਰੇ ਮੰਜੀ ਦੇ ਪਏ ਨੂੰ ਬਿਠਾ ਲਿਆ ਵਾ ਮੈਨੂੰ ਹੁਣ ਇਹੋ ਮੇਰੇ ਡਰੋਗ ਭਰਦਾ ਵਾ ਮੇਰੇ ਪੁੱਤ ਨੂੰ ਮੰਜੀ ਦੇ ਲੰਮੇ ਪਏ ਕੋ ਫੋਨ ਖੋਲਿਆ ਤੇ ਉਹਨੂੰ ਪੜ ਲਿਆ ਏ ਮੇਰੇ ਪੁੱਤ ਨੂੰ ਪਹਿਲੇ ਮੇਰੇ ਮਕਾਤਾ ਤੇ ਦੱਸਿਆ ਸਵੇਰੇ 5 ਵਜੇ ਮੁੱਕਾ ਕੋਠੇ ਮੀਂਹ ਆ ਗਿਆ ਜਾਂ ਕੱਪੜੇ ਲਾ ਲਿਆ ਪਹਿਲਾਂ ਚਾਹ ਪੀਤੀ ਫਿਰ ਉਹਨੇ ਕੱਪੜੇ ਲਾਏ ਤੇ ਫਿਰ ਇਹ ਉਹਨੇ ਸੀਓ ਦੇ ਉੱਤੇ ਕੱਢ ਕੇ ਸਰਾਣੇ ਚਾਬੀ ਗੋਲੀ ਲੈ ਕੇ ਤੇ ਮਾਰ ਲਈ ਖੁਦ ਮੇਰੇ ਪੁੱਤ ਨੇ ਜਦੋਂ ਡਿਊਟੀ ਕਰਨ ਡਿਆ ਸੀ ਉਦੋਂ ਨਾ ਮਾਰੀ ਉਹਦੇ ਸਾਰੇ ਕੀ ਕਰੀਏ ਕਿਹੜੇ ਕੰਮਾਂ ਕਰਦੇ ਪਾ ਗਿਆ ਮਾਰ ਕੇ ਸੁੱਟ ਦਿੱਤਾ ਜੀ ਮੇਰੇ ਪੁੱਤ ਨੂੰ ਮਾਰ ਕੇ ਮੇਰੇ ਪੁੱਤ ਨੇ ਅੰਦਰ ਸਾਰਾ ਬਲ ਜਮ੍ਹਾਂ ਕਰਾ ਕੇ ਤੇ ਫੇਰ ਮਾਰੀ ਉਹ ਮਾਰਨੀ ਹੁੰਦੀ ਮੇਰੇ ਪੁੱਤ ਨੇ ਡਿਊਟੀ ਤੇ ਮਾਰ ਲੈਣੀ ਸੀ ਮੇਰੇ ਪੁੱਤ ਨੇ ਪਤਾ ਨਹੀਂ ਉਹਨਾਂ ਨੇ ਹੁਣ ਕੁਰਤੋਂ ਕੱਪੜੇ ਲੈਣ ਕੱਲ ਕੇ ਥੱਲਿਓਂ ਗੋਲੀ ਚਲਾ ਕੇ ਮਾਰਤਾ ਮੇਰੇ ਪੁੱਤ ਦੇ ਤੌਣ ਚ ਵੱਜੀ ਤੇ ਸਿਰ ਥਾਣੀ ਨਿਕਲੀ ਇਹ ਕਹਿੰਦੇ ਕੰਨ ਥਾਣੀ ਨਿਕਲੀ ਆ ਅਸੀਂ ਆਪਣੇ ਪੁੱਤ ਦਾ ਸਿਰ ਵੇਖ ਲਿਆ ਏ ਉਹ ਸਿਰ ਥਾਣੀ ਨਿਕਲੀ ਆ ਤੌਣ ਚ ਵੱਜੀ ਆ ਕਹਿੰਦੇ ਕੰਨ ਰਾਹੀਂ ਨਿਕਲੀ ਆ ਨਹੀਂ ਕੰਨ ਰਾਹੀਂ ਨਿਕਲੀ ਕਿਹੜੇ ਕੰਮਾਂ ਚ ਤੂੰ ਮੈਨੂੰ ਪਾ ਗਿਆ ਪੁੱਤ ਆਇਓ ਤੂੰ ਮਾਰ ਕੇ ਸੁੱਟ ਗਿਆ ਮੈਨੂੰ ਤੂੰ ਇਹਨਾਂ ਦਾ ਵੀ ਝੂਠਿਆ ਸਾਡੇ ਪੁੱਤ ਦਾ ਵੀ ਝੂਠਿਆ ਲਾਂਘਾ ਪੁੱਤਰਾਂ ਨੂੰ ਸਾਫ ਮਿਲਣਾ ਚਾਹੀਦਾ ਸਗੋਂ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਛੋਟੇ ਭਰਾ ਨੂੰ ਨੌਕਰੀ ਦਿੰਦੇ ਆ ਕਿਤੇ ਸਿਵਲ ਵਿੱਚ ਕੇ ਚੰਗੀ ਨੌਕਰੀ ਛੱਡ ਕੇ ਉਹ ਤੇ ਸਾਡੇ ਪੁੱਤ ਨੂੰ ਨੰਗਿਆ ਹੀ ਸੁੱਟ ਕੇ ਆਈ ਲਫਾਫਾ ਲਵੇਟ ਕੇ ਦਿਲ ਨੂੰ ਕੁਛ ਹੋ ਗਿਆ ਜਦੋਂ ਲਫਾਫਾ ਲਾਇਆ ਮੇਰੇ ਪੁੱਤ ਨੂੰ ਕਿਤੇ ਤਿਰੰਗੇ ਚ ਲਵੇਟ ਦਿੰਦੇ ਮੇਰੇ ਪੁੱਤ ਨੂੰ ਕਿਤੇ ਜੇ ਮੇਰਾ ਪੁੱਤ ਸ਼ਹੀਦ ਹੁੰਦਾ ਤੇ ਮੈਂ ਪੁੱਤ ਨੂੰ ਸਲਾਮ ਕਰਦੀ ਦੂਰੋਂ ਹੀ ਸਲਾਮੀ ਦਿੰਦੀ ਮੇਰਾ ਪੁੱਤ ਸ਼ਹੀਦ ਹੋ ਕੇ ਆਇਆ ਵਾ ਮੈਂ ਮਾਸਾ ਨਾਲ ਰੋਂਦੀ ਨਹੀਂ ਕੀਤਾ ਮੈਂ ਨਹੀਂ ਕਰਨਾ ਜਨਾ ਜਨ ਸਾਫ ਨਹੀਂ ਮਿਲਦਾ ਮੈਂ ਆਪਣੇ ਪੁੱਤ ਦਾ ਸਸਕਾਰ ਨਹੀਂ ਕਰਨਾ ਕੀ ਕਰਾਂ ਮੈਂ ਬਾਹਰ ਦਿੱਲੀ ਦੇ ਆਪਣੇ ਚੁੱਕ ਕੇ ਲਿਆਇਓ ਤੂੰ ਮੇਰੇ ਪੁੱਤ ਨੂੰ ਮਾਣ ਸਨਮਾਨ ਮਿਲਣਾ ਚਾਹੀਦਾ ਜੋ ਉਹਦਾ ਬਣਦਾ ਹੱਕ ਉਹਨੂੰ ਮਿਲਣਾ ਚਾਹੀਦਾ ਮੇਰਾ ਪੁੱਤ ਤੇ ਨੌਕਰੀ ਕਰਦਾ 2.5-3 ਸਾਲ ਹੋ ਗਿਆ ਨਾਸਕ ਵੇਨੇ ਡਿਊਟੀ ਕੀਤੀ ਪਹਿਲਾਂ ਉੱਥੇ ਰੰਗੂਟੀ ਹੁਣ ਸ਼ਾਮ ਵਿੱਚ ਹੀ ਹੁਣ ਤੇਜਪੁਰ ਸ਼ਹਿਰ ਦੇ ਵਿੱਚ ਹੀ ਚਮਗੇੜ ਅੱਗੇ ਡਿਊਟੀ ਦਿੰਦਾ ਸੀ 4 ਘੰਟੇ ਰਾਤ ਨੂੰ ਦਿੰਦਾ ਸੀ 4 ਦਿਨੇ ਦਿੰਦਾ ਸੀ 8 ਘੰਟੇ ਡਿਊਟੀ ਦਿੰਦਾ ਸੀ ਮੇਰੇ ਪੁੱਤ ਨੇ ਸਾਡੇ ਦੇ ਚਾਰ ਕਰੀਬ ਨੇ ਫੋਨ ਕੀਤਾ ਤੇ ਕਹਿੰਦਾ ਮਾਂ ਵੀਡੀਓ ਕਾਲ ਕੀਤੀ ਲੰਮੇ ਪਏ ਨੇ ਮਾਂ ਠੀਕ ਆ ਤੂੰ ਠੀਕ ਨਹੀਂ ਰਹਿੰਦੀ ਮੈਂ ਠੀਕ ਆ ਮੈਂ ਤੂੰ ਕਦੋਂ ਆਉਣਾ ਡੇਢ ਮਹੀਨੇ ਨੂੰ ਆ ਜਾਣਾ ਮੈਂ ਮਾਂ ਹੱਸ ਕੇ ਕਹਿੰਦਾ
ਬੜਾ ਵੱਡਾ ਝੂੜਾ ਕੀਤਾ ਮਾਂ ਭਗਵਾਨ ਸਮੰਨੇ ਤੇਲ ਲਾਉਣਾ ਮੇਰਾ ਪੁੱਤ ਮੈਂ ਚੰਗਾ ਸੌਣਾ ਫਿਰ ਚੰਗਾ ਮੇਰੇ ਮੂੰਹ ਚ ਰਹਿ ਗਿਆ ਰੇ ਹੱਥੋਂ ਕਿਸੇ ਨੇ ਫੋਨ ਖੋਇਆ ਮੈਂ ਕਿਹਾ ਕਿਸੇ ਮੁੰਡੇ ਨੇ ਸ਼ੈਤਾਨੀ ਨਾਲ ਕੀਤੀ ਹੈ ਮੈਂ ਨਹੀਂ ਧਿਆਨ ਦਿੱਤਾ ਹੁਣ ਮੈਨੂੰ ਪਤਾ ਲੱਗ ਗਿਆ ਮੇਰੇ ਪੁੱਤ ਨੂੰ ਖਰੇ ਮੰਜੀ ਦੇ ਪਏ ਨੂੰ ਬਿਠਾ ਲਿਆ ਵਾ ਮੈਨੂੰ ਹੁਣ ਹੋਏ ਮੇਰੇ ਤੇ ਰੁੱਗ ਭਰਦਾ ਵਾ ਮੇਰੇ ਪੁੱਤ ਨੂੰ ਮੰਜੀ ਦੇ ਲੰਮੇ ਪਏ ਕੋ ਫੋਨ ਖੋਲਿਆ ਤੇ ਉਹਨੂੰ ਫੜ ਲਿਆ ਏ ਮੇਰੇ ਪੁੱਤ ਨੂੰ ਪਹਿਲੇ ਮੇਰੇ ਮੁਕਾਤਾ ਤੇ ਦੱਸਿਆ ਸਵੇਰੇ 5 ਵਜੇ ਮੁੱਕਾ ਕੋਠੇ ਮੀਂਹ ਆ ਗਿਆ ਜਾਂ ਕੱਪੜੇ ਲਾ ਲਿਆ ਪਹਿਲਾਂ ਚਾਹ ਪੀਤੀ ਫਿਰ ਉਹਨੇ ਕੱਪੜੇ ਲਾਏ ਤੇ ਫਿਰ ਇਹ ਉਹਨੇ ਸੀ ਉਹਦੇ ਉੱਤੇ ਕੱਢ ਕੇ ਸਰਾਣੇ ਚਾਬੀ ਗੋਲੀ ਲੈ ਕੇ ਤੇ ਮਾਰ ਲਈ ਖੁਦ ਮੇਰੇ ਪੁੱਤ ਨੇ ਜਦੋਂ ਡਿਊਟੀ ਕਰਨ ਡਿਆ ਸੀ ਉਦੋਂ ਨਾ ਮਾਰੀ ਮੇਰੇ ਪੁੱਤ ਨੇ ਅੰਦਰ ਸਰਵਲ ਜਮ੍ਹਾਂ ਕਰਾ ਕੇ ਤੇ ਫਿਰ ਮਾਰੀ ਉਹ ਮਾਰਨੀ ਹੁੰਦੀ ਮੇਰੇ ਪੁੱਤ ਨੇ ਡਿਊਟੀ 'ਤੇ ਮਾਰ ਲੈਣੀ ਸੀ ਮੇਰੇ ਪੁੱਤ ਦੇ ਪਤਾ ਨਹੀਂ ਉਹਨਾਂ ਨੇ ਹੁਣ ਕੁੱਤੋਂ ਕੱਪੜੇ ਲੈਣ ਕੱਲ੍ਹ ਕੇ ਥੱਲਿਓਂ ਗੋਲੀ ਚਲਾ ਕੇ ਮਾਰਤਾ ਮੇਰੇ ਪੁੱਤ ਦੇ ਧੌਣ 'ਚ ਵੱਜੀ ਤੇ ਸਿਰ ਥਾਣੀ ਨਿਕਲੀ ਇਹ ਕਹਿੰਦੇ ਕੰਨ ਥਾਣੀ ਨਿਕਲੀ ਆ ਅਸੀਂ ਆਪਣੇ ਪੁੱਤ ਦਾ ਸਿਰ ਵੇਖ ਲਿਆ ਏ ਉਹ ਸਿਰ ਥਾਣੀ ਨਿਕਲੀ ਆ ਧੌਣ 'ਚ ਵੱਜੀ ਆ ਕਹਿੰਦੇ ਕੰਨ ਰਾਹੀਂ ਨਿਕਲੀ ਆ ਨਹੀਂ ਕੰਨ ਰਾਹੀਂ ਨਿਕਲੀ ਇਹਨਾਂ ਦਾ ਵੀ ਝੂਠ ਆ ਸਾਡੇ ਪੁੱਤ ਦਾ ਵੀ ਝੂਠ ਆ ਲਾਂਘੇ ਪੁੱਤਰਾਂ ਨੂੰ ਸਾਫ ਮਿਲਣਾ ਚਾਹੀਦਾ ਸਗੋਂ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਛੋਟੇ ਭਰਾ ਨੂੰ ਨੌਕਰੀ ਦਿੰਦੇ ਆ ਕਿਤੇ ਸਿਵਲ ਵਿੱਚ ਕੇ ਚੰਗੀ ਨੌਕਰੀ ਛੱਡ ਕੇ ਉਹ ਤੇ ਸਾਡੇ ਪੁੱਤ ਨੂੰ ਨੰਗਿਆ ਹੀ ਸੁੱਟ ਕੇ ਆਈ ਲਫਾਫਾ ਲਵੇਟ ਕੇ ਦਿਲ ਨੂੰ ਕੁਛ ਹੋ ਗਿਆ ਦਿਲ ਨੂੰ ਕੁਛ ਹੋ ਗਿਆ ਜਦੋਂ ਲਫਾਫਾ ਲਾਇਆ ਮੇਰੇ ਪੁੱਤ ਨੂੰ ਕਿਤੇ ਤਰੰਗੇ 'ਚ ਹੀ ਲਵੇਟ ਦਿੰਦੇ ਮੇਰੇ ਪੁੱਤ ਨੂੰ ਕਿਤੇ ਜੇ ਮੇਰਾ ਪੁੱਤ ਸ਼ਹੀਦ ਹੁੰਦਾ ਤੇ ਮੈਂ ਪੁੱਤ ਨੂੰ ਸਲਾਮ ਕਰਦੀ ਦੂਰੋਂ ਸਲਾਮੀ ਦਿੰਦੀ ਮੇਰਾ ਪੁੱਤ ਸ਼ਹੀਦ ਹੋ ਕੇ ਆਇਆ ਵਾ ਮੈਂ ਮਾਸਾ ਨਾ ਰੋਂਦੀ ਨਹੀਂ ਕੀਤਾ ਮੈਂ ਨਹੀਂ ਕਰਨਾ ਜਨਾਜ਼ਾ ਇਨਸਾਫ ਨਹੀਂ ਮਿਲਦਾ ਮੈਂ ਆਪਣੇ ਪੁੱਤ ਦਾ ਸਸਕਾਰ ਨਹੀਂ ਕਰਨਾ ਬਾਹਰ ਛੱਡ ਕੇ ਚਲ ਗਏ ਆਪਣੇ ਮੁੰਡੇ ਚੁੱਕ ਕੇ ਲਿਆਏ ਉੱਥੋਂ ਮੇਰਾ ਪੁੱਤ ਨੂੰ ਕਿਤੇ ਤਰੰਗਾ ਮੇਰਾ ਨਾਮ ਦਲੀਪ ਸਿੰਘ ਬੇਟਾ ਦਾ ਨਾਮ ਅਮਰਪਾਲ ਸਿੰਘ ਮੇਰਾ ਪੁੱਤ ਅਸਾਮ ਚ ਮੇਰਾ ਪੁੱਤ ਅਸਾਮ ਚ ਤੇਜ਼ਗਾਰ ਤੇਜ਼ਗਾਰੀ ਉੱਥੇ ਮਤਲਬ ਤੇਜ਼ਪੁਰ ਸ਼ਹਿਰ ਚ ਡਿਊਟੀ ਗੇਟੋਂ ਅੰਦਰ ਮੇਰੇ ਨਾਲ ਕੱਲ ਸ਼ਾਮੀ 4:30 ਵਜੇ ਵੀਡੀਓ ਕਾਲ ਹੋਈ ਐਡਨ ਬਿਲਕੁਲ ਠੀਕ ਠਾਕ ਕੋਈ ਗੱਲਬਾਤ ਨਹੀਂ ਬਾਅਦ ਚ ਪਤਾ ਨਹੀਂ ਇਹਨਾਂ ਫੌਜ ਦਾ ਕੀ ਇਹਨਾਂ ਦਾ ਪ੍ਰੈਸ਼ਰ ਬਣਿਆ ਸਵੇਰੇ ਮੈਨੂੰ ਸਰਪੰਚ ਵੱਲੋਂ ਤਲਾਹ ਮਿਲਦੀ ਹੈ ਵੀ ਤੇਰੇ ਬੇਟੇ ਨਾਲ ਇਹ ਹੋ ਗਿਆ ਵਾ ਸਰਪੰਚ ਵੱਲੋਂ ਤਲਾਹ ਮਿਲਦੀ ਹੈ ਕੋਈ ਆਰਮੀ ਵੱਲੋਂ ਮੈਨੂੰ ਤਲਾਹ ਨਹੀਂ ਮਿਲੀ ਕੀ ਕਿਹਾ ਸਰਪੰਚ ਨੇ ਕਿਹਾ ਵੀ ਤੇਰੇ ਬੇਟੇ ਦਾ ਇਹ ਨਾਮ ਹੈ ਤੇ ਇੱਦਾਂ ਕਰਕੇ ਉਹ ਪੂਰਾ ਹੋ ਗਿਆ ਇੱਦਾਂ ਕਰਕੇ ਮੈਂ ਮੁੜ ਕੇ ਆਪਣੇ ਫੋਨ ਤੋਂ ਫੋਨ ਲਾਇਆ ਮੁੰਡੇ ਨੂੰ ਉਹਦੇ ਫੋਨ ਤੇ ਉਹਨਾਂ ਨੇ ਚੁੱਕਿਆ ਕਹਿੰਦੇ ਹਾਂ ਪੂਰਾ ਹੋ ਗਿਆ ਇਹੋ ਗੱਲ ਮੇਰੇ ਨਾਲ ਹੋਈ ਉਹ ਕਹਿੰਦੇ ਵੀ ਆਪਣੇ 4 ਤੋਂ 6 ਦੀ ਡਿਊਟੀ ਆ ਡਿਊਟੀ ਦੇ ਦੌਰਾਨ ਇਹ ਕੱਪੜੇ ਲਾਉਣ ਗਿਆ ਉੱਪਰੋਂ ਤੇ ਬਸ ਅੰਦਰ ਜਾ ਕੇ ਇਹ ਗੋਲੀ ਮਾਰ ਲਈ ਇਹ ਮੌਸਮ ਖਰਾਬ ਹੋਇਆ ਇੱਦਾਂ ਅੰਦਰ ਵੜਿਆ ਇਹ ਗੋਲੀ ਮਾਰ ਲਈ ਇਹ ਨਹੀਂ ਹੋ ਸਕਦਾ ਦੇਖੋ ਜਦੋਂ ਬਹੁਤ ਨਜਾਇਜ਼ ਹੋਈ ਮੇਰੇ ਪਿਓ ਸੰਸਕਾਰ ਨੀ ਕੀਤਾ ਅਸੀਂ ਨੀ ਕੀਤਾ ਸੰਸਕਾਰ ਫਿਰ ਜਾਵਾਂਗੇ ਡੀਸੀ ਦਫ਼ਤਰ ਲੈ ਕੇ ਡੀਸੀ ਦਫ਼ਤਰ ਨਾਲ ਲਾਵਾਂਗੇ ਮੌਤਾਂ ਵੀ ਉਹ ਫੌਜ ਨੂੰ ਕੋਈ ਪ੍ਰੈਸ਼ਰ ਪਿਆ ਉਹਨਾਂ 'ਤੇ ਕੀ ਪ੍ਰੈਸ਼ਰ ਪਿਆ ਉਹ ਜਾਣਦੇ ਨੇ ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਬਿਲਕੁਲ ਅਸੀਂ ਬਿਲਕੁਲ ਸਾਡਾ ਬੱਚਾ ਸੇਫ ਨਹੀਂ ਗੱਲਬਾਤ ਕੀਤੀ ਆ ਕੋਈ ਇਹੋ ਜਿਹੀ ਗੱਲ ਨਹੀਂ ਮਤਲਬ ਇੱਕ ਦਿਨ ਗੇਤਰੀ ਵੀਡੀਓ ਕਾਲ ਹੋਈ ਆ ਰੋਜ਼ ਮੈਂ ਡਿਟੇਲ ਕਢਾ ਕੇ ਵੇਖ ਲੈਣ ਫੋਨਾਂ ਸਾਨੂੰ ਕੋਈ ਨਹੀਂ ਦੱਸਿਆ ਉਹਨਾਂ ਨੇ ਕੁਛ ਨਹੀਂ ਦੱਸਿਆ ਸਾਨੂੰ ਸਾਨੂੰ ਇਹੋ ਕਹਿੰਦੇ ਰਹੇ ਕਾਰਵਾਈ ਹੋਣ ਡਈ ਆ ਨਾਲ ਗਾਰਡ ਆਉਣ ਡਈ ਆ ਕੋਈ ਸਲਾਮੀ ਵਾਸਤੇ ਨਹੀਂ ਆਇਆ ਕੁਛ ਨਹੀਂ ਮੁੜ ਕੇ ਤਿਰੰਗਾ ਲਿਆਏ ਕਹਿੰਦੇ ਵੀ ਕੁਛ ਉਹ 'ਚ ਨਹੀਂ ਕੀਤਾ ਉਹਨਾਂ ਨੇ ਤੁਹਾਡਾ ਮੁੰਡੇ ਦਾ ਕੋਈ ਗੱਲਬਾਤ ਹੋਈ ਆਪਣੀ ਦੋਸਤ ਨੇ ਕੋਈ ਦੱਸਿਆ ਮੇਰੇ ਤੇ ਪ੍ਰੈਸ਼ਰ ਪੈਂਦਾ ਨਹੀਂ ਉਹਨੇ ਕੁਛ ਨਹੀਂ ਦੱਸਿਆ ਉਹਨੇ ਕੋਈ ਬੜਾ ਖੁਸ਼ ਮਤਲਬ ਵੀਡੀਓ ਕਾਲ ਕੀਤੀ ਕੱਲ੍ਹ ਸ਼ਾਮੀ ਕੋਈ ਗੱਲ ਨਹੀਂ ਮਗਰੋਂ ਕੋਈ ਫੌਜ ਦਾ ਕੋਈ ਇਹਨਾਂ ਦੀ ਕੋਈ ਆਪਣੀ ਹੋਈ ਹੈ ਡਿਊਟੀ ਤੋਂ ਕੋਈ 4 ਤੋਂ 6 ਉਹਦੀ ਡਿਊਟੀ ਸੀ ਜਿਹੜਾ ਕਹਿੰਦੇ ਫੋਨ ਖੋਲਿਆ ਸੀ ਤੇ ਫੋਨ ਉਹਦਾ ਵੀ ਖੋਲਿਆ ਇਹ ਗੱਲ ਕਰਦੇ ਆ ਫੋਨ ਖੋਸਾ ਪਤਾ ਨਹੀਂ ਇਹ ਕਹਿੰਦੇ ਵੀ ਗੱਲ ਕਰਦੇ ਆ ਵੀ ਫੋਨ ਖੋਲਿਆ ਉਹਦਾ ਪਤਾ ਨਹੀਂ ਕੀ ਗੱਲ ਇਹੋ ਜਿਹੀ ਗੱਲ ਹੋਈ ਪਤਾ ਨਹੀਂ ਤੁਹਾਡੇ ਨਾਲ ਬਹੁਤ ਧੱਕਾ ਹੋਇਆ ਬਹੁਤ ਹੀ ਜ਼ਿਆਦਾ ਧੱਕਾ ਹੈ ਮੌਕੇ ਤਕਰੀਬਨ 8:30 ਵਜੇ ਮੈਨੂੰ ਕੋ ਦਲੀਪ ਸਿੰਘ ਨੇ ਫੋਨ ਕੀਤਾ ਕਿ ਭਾਅ ਜੀ ਮੇਰੇ ਲੜਕੇ ਦੀ ਫੌਜ ਦੇ ਵਿੱਚ ਮੌਤ ਹੋ ਗਈ ਆ ਮੈਂ ਉਸੇ ਵਕਤ ਇੱਥੇ ਆਇਆ ਆ ਕੇ ਅਸੀਂ ਯੂਨਿਟ ਤੋਂ ਉਹਨੂੰ ਫੋਨ ਕੀਤਾ ਅਤੇ ਉੱਥੋਂ ਸਾਨੂੰ ਸਿਰਫ ਇਹੋ ਜਵਾਬ ਮਿਲਿਆ ਸੀ ਕਿ ਤੁਹਾਡੇ ਲੜਕੇ ਨੇ ਗੋਲੀ ਮਾਰ ਲਈ ਆ
ਅਸੀਂ ਉਹਨਾਂ ਨੂੰ ਪੁੱਛਿਆ ਵੀ ਗੋਲੀ ਕਿਸ ਤਰੀਕੇ ਨਾਲ ਮਾਰੀ ਆ, ਕੀ ਕੁਛ ਮਾਰੀ ਆ, ਅਤੇ ਉਹਨਾਂ ਨੇ ਅੱਗੋਂ ਇਹ ਦੱਸਿਆ ਕਿ ਇਹਦੀ 4 ਤੋਂ 6 ਵਜੇ ਤੱਕ ਡਿਊਟੀ ਸੀਗੀ ਅਤੇ 4:45 ਵਜੇ ਇਹਨੇ ਮਤਲਬ ਆਖਿਆ ਕਿ ਬੱਦਲ ਆਉਣ ਵਾਲਾ ਅਤੇ ਮੈਂ ਆਪਣੇ ਕੱਪੜੇ ਅੰਦਰ ਰੱਖਾਂ ਵਾਂ। ਇਹ ਉਹਦੇ ਨਾਲ ਜਿਹੜਾ ਮੁੰਡਾ ਸੰਤਰੀ ਡਿਊਟੀ ਦੇ ਰਿਹਾ ਸੀ ਉਹਨੇ ਮੈਨੂੰ ਦੱਸਿਆ ਫੋਨ 'ਤੇ ਅਤੇ ਕੱਪੜੇ ਰੱਖਣ ਗਿਆ ਹੀ ਕਹਿੰਦਾ ਕਿ ਉਸਨੇ ਉੱਥੋਂ ਮੈਨੂੰ ਆਵਾਜ਼ ਆਈ ਆ ਗੋਲੀ ਦੀ ਅਤੇ ਮੈਂ ਦੌੜ ਕੇ ਗਿਆ ਵਾਂ ਅਤੇ ਅਮਰਪਾਲ ਦੇ ਮਤਲਬ ਗੋਲੀ ਲੱਗੀ ਹੋਈ ਸੀ ਅਤੇ ਅਸੀਂ ਲਾਗੇ ਜਲਦੀ ਜਾ ਕੇ ਗੱਡੀ ਵਾਲਿਆਂ ਨੂੰ ਆਖਿਆ ਅਤੇ ਗੱਡੀ ਵਾਲੇ ਲੈ ਕੇ ਹੋਸਪਿਟਲ ਲੈ ਗਏ ਅਤੇ ਰਸਤੇ ਜਿਵੇਂ ਮੌਤ ਹੋ ਗਈ। ਦੂਸਰੀ ਗੱਲ ਇਹ ਹੈ ਕਿ ਸਾਨੂੰ ਇਹ ਸਿਰਫ ਗਾਰਡ ਦੇ ਜਿਹੜਾ ਜਵਾਨ ਇਹਦੇ ਨਾਲ ਡਿਊਟੀ ਕਰ ਰਿਹਾ ਸੀ ਉਹਨੇ ਦੱਸਿਆ ਰਜਮੜੇ ਦੀ ਤਕਰੀਬਨ ਤੇਜਪੁਰ ਤੋਂ 40 ਕੁ ਕਿਲੋਮੀਟਰ ਦੂਰ ਦੇ ਨੇ। ਉਹਦਾ ਜਿਹੜਾ ਉੱਥੇ ਬੰਦਾ ਸੀ ਨਹੀਂ ਜੀ ਸੀ ਉਹ ਸੂਬੇਦਾਰ ਮੇਜਰ ਕਮਾਂਡੈਂਟ ਇਹਨਾਂ ਵੱਲੋਂ ਸਾਨੂੰ ਕੋਈ ਵੀ ਇਤਲਾਹ ਨਹੀਂ ਆਈ। ਅਸੀਂ ਵਾਰ ਵਾਰ ਫੋਨ ਕਰਦੇ ਰਹੇ ਇਹਨਾਂ ਨੂੰ, ਸੂਬੇਦਾਰ ਮੇਜਰ ਨੂੰ ਫੋਨ ਕਰਦੇ ਰਹੇ, ਉਹਨਾਂ ਦਾ ਇਹੋ ਹੀ ਜਵਾਬ ਹੁੰਦਾ ਸੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਤੁਹਾਡੇ ਚੰਗੇ ਲਈ ਕਰਾਂਗੇ, ਕਾਰਵਾਈ ਕਰ ਰਹੇ ਹਾਂ ਤੁਹਾਡੇ ਚੰਗੇ ਲਈ ਕਰਾਂਗੇ। ਸੋ ਅਸੀਂ ਇਸ ਚੀਜ਼ ਦੀ ਉਡੀਕ ਕਰਦੇ ਕਰਦੇ ਉਹਨਾਂ ਸਾਨੂੰ ਰਾਤ ਨੂੰ ਦੱਸਿਆ ਕਿ ਤੁਹਾਡੇ ਲੜਕੇ ਦੀ ਸਵੇਰੇ ਫਲਾਈਟ 'ਤੇ ਡੈੱਡ ਬਾਡੀ ਆ ਜਾਏਗੀ ਅਤੇ ਉਹ ਤਕਰੀਬਨ 11 ਵਜੇ ਅੰਮ੍ਰਿਤਸਰ ਪਹੁੰਚ ਜਾਏਗੀ। ਉਸ ਤੋਂ ਬਾਅਦ ਸੁਬਹਾ ਫਿਰ ਮੈਂ ਫੋਨ ਕੀਤਾ ਕਿ ਰਵਾਨਾ ਹੋ ਗਈ ਆ, ਹੁਣ ਆ ਕੇ ਰਵਾਨਾ ਤਾਂ ਹੋ ਗਈ ਆ ਲੇਕਿਨ ਇਹ ਸਟੇਅ ਕਰੇਗੀ ਦਿੱਲੀ ਦੇ ਅੰਦਰ। ਦਿੱਲੀ 'ਤੇ ਸਟੇਅ ਕਰਕੇ ਤਕਰੀਬਨ 1 ਵਜੇ ਅੰਮ੍ਰਿਤਸਰ ਆਈ, ਉੱਥੋਂ ਇਹਨਾਂ ਦੀ ਕਾਰਵਾਈ ਕਰਕੇ ਫੌਜ ਦੀ ਇੱਕ ਵੱਡੀ ਗੱਡੀ ਸਟਾਲੀਅਨ ਹੁੰਦੀ ਆ ਉਹਦੇ ਵਿੱਚ ਲੈ ਕੇ ਆਏ ਇੱਥੇ। ਆ ਕੇ ਅਸੀਂ ਜਦੋਂ ਡੈੱਡ ਬਾਡੀ ਨੂੰ ਵੇਖਿਆ ਅਤੇ ਬਹੁਤ ਹੀ ਘਟੀਆ ਤਰੀਕੇ ਦੇ ਨਾਲ ਇੱਕ ਇਨਸਾਨ ਨੂੰ ਉਹਦੇ 'ਚ ਬਕਸੇ 'ਚ ਪੈਕ ਕੀਤਾ ਹੋਇਆ ਹੈ। ਹਿੰਦੂ ਧਰਮ ਸਿੱਖ ਧਰਮ ਦੇ ਮੁਤਾਬਕ ਉਹਨੂੰ 5 ਮੀਟਰ ਕੱਪੜਾ ਪਾਇਆ ਜਾਂਦਾ। ਇਹੋ ਜਿਹੀ ਆਰਮੀ, ਨਖਿੱਧ ਆਰਮੀ ਇੰਡੀਆ ਜਿਹਨੇ ਆਪਣਾ ਜਲੂਸ ਕਢਾਇਆ ਔਰ ਇੱਕ ਲੜਕੇ ਨੂੰ ਲਿਫਾਫੇ ਦੇ ਵਿੱਚ ਪੈਕ ਕਰਕੇ ਸੋਲਜਰ ਨੂੰ ਭੇਜਿਆ। ਸੋ ਅਸੀਂ ਕੱਲ੍ਹ ਨੂੰ DC ਦੇ ਦਫ਼ਤਰ ਧਰਨਾ ਦੇਵਾਂਗੇ, ਤਦ ਤੱਕ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਗੌਰਮੈਂਟ ਇਹਨਾਂ ਤਰੁੱਟੀਆਂ ਨੂੰ ਇਹਨਾਂ ਕਮੀਆਂ ਦਾ ਸਾਨੂੰ ਇਨਸਾਫ ਨਹੀਂ ਦੇ। ਕੀ ਲੱਗਦਾ ਕਤਲ ਹੋਇਆ ਜਾਂ ਫਿਰ ਸੁਸਾਈਡ ਕੀਤੀ ਗਈ? ਉਹਨਾਂ ਸਾਨੂੰ ਕੋਈ ਇਹਦਾ ਪ੍ਰੂਫ ਹੀ ਨਹੀਂ ਦਿੱਤਾ। ਸਾਨੂੰ ਉਹ ਬੋਲਦੇ ਆ ਕਿ ਗੋਲੀ ਇਹਨੇ ਮਾਰ ਲਈ ਆ, ਪਰ ਸਾਨੂੰ ਕੋਈ ਪ੍ਰੂਫ ਨਹੀਂ। ਉਹਨਾਂ ਆਪਣੇ ਵੱਲੋਂ ਸੁਸਾਈਡ ਕਹਿ ਕੇ ਭੇਜ ਦਿੱਤਾ। ਕਿਸੇ ਨਾ ਕਿਸੇ ਤਰੀਕੇ ਦਾ ਸਬੂਤ ਕੋਈ ਸਾਨੂੰ ਉੱਥੇ ਬੁਲਾਉਂਦੇ, ਸਾਨੂੰ ਕਿਸੇ ਨੇ ਕਾਲ ਨਹੀਂ ਕੀਤਾ ਕਿ ਤੁਸੀਂ ਇੱਥੇ ਆਓ। ਜੇ ਉਹ ਸਾਨੂੰ ਕਾਲ ਕਰਦੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਅਸੀਂ ਇੱਥੇ ਜ਼ਰੂਰ ਆਉਂਦੇ ਹਾਂ, ਸਾਡੀ ਉਹ ਵੇਟ ਕਰਦੇ, ਅਸੀਂ ਇੱਥੋਂ ਚਲੇ ਵੀ ਜਾਂਦੇ ਅਤੇ ਉਹ ਉੱਥੋਂ ਆਪਣਾ ਕਾਰਵਾਈ ਕਰਕੇ ਇਹਨੂੰ ਬਾਈ ਏਅਰ ਭੇਜਦੇ ਅਤੇ ਅਸੀਂ ਕਿਹਨੂੰ ਉੱਥੇ ਮਿਲਣਾ ਹੈ। ਲੜਕੇ ਵੱਲੋਂ ਕੋਈ ਲੜਕਾ ਘਰ ਦੇ ਵਿੱਚ ਤੀਜੇ ਚੌਥੇ ਦੂਜੇ ਇੱਕ ਦਿਨ ਪਹਿਲੇ ਉਹਨੇ ਸ਼ਾਮੀ 4-5 ਵਜੇ ਗੱਲ ਕੀਤੀ ਆ, ਪਹਿਲੇ ਫਾਦਰ ਆਪਣੇ ਨਾਲ ਕੀਤੀ ਆ, ਉਹ ਕਹਿੰਦਾ ਚੱਲ ਤੁਸੀਂ ਤੂੰ ਮੰਮਾ ਆਪਣੀ ਨਾਲ ਕਰ ਲਾ, ਮੈਂ ਚੱਲਿਆ ਕੰਮ ਕਰਨ ਵਾਸਤੇ। ਮਾਂ ਆਪਣੀ ਨਾਲ ਉਹਨੇ ਗੱਲ ਕੀਤੀ ਹੈ, ਬੜੇ ਖੁਸ਼ ਹੋ ਕੇ। ਕੋਈ ਅਸੀਂ ਸਾਰੇ ਇੱਥੋਂ ਦੇ ਲਾਗੇ ਰਹਿਣ ਵਾਲੇ ਹਾਂ, ਰਿਸ਼ਤੇਦਾਰ ਹਾਂ, ਅਗਰ ਕੋਈ ਲੜਕੇ ਨੂੰ ਇੱਥੋਂ ਦੀ ਪ੍ਰੋਬਲਮ ਹੁੰਦੀ ਤਾਂ ਸਾਨੂੰ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਇੱਕ ਦੂਜੇ ਦਾ, ਘਰਾਂ 'ਚ ਲੱਗ ਜਾਂਦਾ। ਵਜ਼ੀਰਪੁਰ ਦੇ ਜਿੰਨੇ ਲੋਕ ਆ, ਜਿੰਨੇ ਲਾਗੇ ਛਾਗੇ ਦੇ ਲੋਕ ਆ, ਰਿਸ਼ਤੇਦਾਰ, ਉਹ ਸਭ ਕਹਿੰਦੇ ਆ ਕਿ ਲੜਕੇ ਨੂੰ ਕੋਈ ਪ੍ਰੋਬਲਮ ਨਹੀਂ, ਔਰ ਸਾਨੂੰ ਸਾਹਮਣੇ ਵੀ ਨਜ਼ਰ ਆਉਂਦਾ ਕੋਈ ਪ੍ਰੋਬਲਮ ਨਹੀਂ। ਹੁਣ ਜੋ ਕੁਛ ਵੀ ਹੋਇਆ ਉਹ ਆਰਮੀ ਦੇ ਅੰਦਰ ਹੋਇਆ, ਆਰਮੀ ਦੀ ਕੀ ਦੇਖ ਰੇਖ ਦੇ ਅੰਦਰ ਕੀ ਕੁਛ ਉਹਨਾਂ ਨੇ ਸੋਚਿਆ, ਕੀ ਉੱਤੇ ਪ੍ਰੈਸ਼ਰ ਸੀਗਾ ਜਾਂ ਉਹਨਾਂ ਨੇ ਕੀਤਾ, ਇਹਦੇ ਬਾਰੇ ਆਪਾਂ ਕੁਛ ਨਹੀਂ ਬੋਲ ਸਕਦੇ। ਹੁਣ ਕੀ ਮੰਗ ਅਤੇ ਸਾਨੂੰ ਸਭ ਪਿੰਡ ਦੇ ਵਾਸੀਆਂ ਨੂੰ, ਲਾਕਾਂ ਨਿਵਾਸੀਆਂ ਨੂੰ ਇਹ ਰੋਸ ਆ ਕਿ ਇੱਕ ਆਰਮੀ ਦਾ ਆਦਮੀ ਇਸ ਤਰੀਕੇ ਦੇ ਨਾਲ ਭੇਜ ਦੇਣਾ ਬਹੁਤ ਹੀ ਇੱਕ ਨਿੰਦਨਯੋਗ ਗੱਲ ਆ। ਹੁਣ ਮੰਗ ਸਾਡੇ ਕੋਲ ਇਹੋ ਹੀ ਆ ਕਿ ਅੱਜ ਸਾਡਾ ਪੁੱਤਰ ਇਸ ਤਰੀਕੇ ਨਾਲ ਆ ਗਿਆ, ਆਉਣ ਵਾਲਿਆਂ ਦੇ ਵਾਸਤੇ ਵੀ ਇਸ ਤਰੀਕੇ ਨਾਲ ਕੋਈ ਘਟੀਆ ਹਰਕਤ ਗੌਰਮੈਂਟ ਨਾ ਕਰੇ, ਔਰ ਇਹਨੂੰ ਵੀ ਅਮਰਪਾਲ ਨੂੰ ਵੀ ਬਣਦਾ ਸਨਮਾਨ ਜੋ ਕਿ ਦੂਜੇ ਆਰਮੀ ਦੇ ਆਦਮੀਆਂ ਨੂੰ ਦਿੱਤਾ ਜਾਂਦਾ ਵਾ, ਜੋ ਕੁਛ ਵੀ ਹੈ ਉਹ ਹੋਣਾ ਚਾਹੀਦਾ। ਦੂਸਰੀ ਮੇਰੀ ਬੇਨਤੀ ਇਹ ਆ, ਪ੍ਰਸ਼ਾਸਨ ਦਾ ਇੱਕ ਵੀ ਆਦਮੀ ਇੱਥੇ ਖਬਰ ਲੈਣ ਨਹੀਂ ਆਇਆ, ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਾ ਜਾਂ ਗੌਰਮੈਂਟ ਨੇ ਉਹਨਾਂ ਨੂੰ ਨਹੀਂ ਦੱਸਿਆ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬਹਿਰੇ ਕੰਨ ਕਰਕੇ ਬੈਠੇ ਹੋਏ ਹੋ, ਕਿਸੇ ਦਾ ਧੀ ਪੁੱਤ ਜੋ ਕਿ ਦੇਸ਼ ਦੀ ਰਾਖੀ ਕਰਦਾ ਤੁਹਾਡੇ ਵਾਸਤੇ ਉਹ ਆਪਣੀ ਜਾਨ ਕੁਰਬਾਨ ਕਰਦਾ, ਔਰ ਤੁਸੀਂ ਆਪਣੇ ਏਸੀਆਂ ਦੇ ਕਮਰਿਆਂ 'ਚ ਬਹਿ ਕੇ ਸੌਂ ਕੇ ਗੁਜ਼ਾਰਾ ਕਰਕੇ ਚਲੇ ਜਾਂਦੇ ਹੋ। ਕਦੋਂ ਭਰਤੀ ਹੋਇਆ? ਇਹ 3 ਮਾਰਚ 2020 ਦੇ ਵਿੱਚ ਭਰਤੀ ਹੋਇਆ।
ढाई साल तकरीबन यदि नौकरी हो गई है। करोना के साल सवा साल ये ट्रेनिंग करता रहा नासक के अंदर।